ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ ਬੁਨਿਆਦਾਂ ਵਿੱਚੋਂ ਅੱਜ ਦੇ ਲੇਖ ਦਾ ਨਾਮ ਹਮਦਰਦੀ। ਹਮਦਰਦੀ ਕਿਸੇ ਨੂੰ ਸਮਝਣ, ਉਸਦੇ ਨੇੜੇ ਹੋਣ, ਪਿਆਰ ਅਸਹਿ ਘਾਟਾ ਵੰਡਣ ਅਤੇ ਉਸਨੂੰ ਆਪਣਾ ਬਣਾਉਣ ਦਾ ਵਸੀਲਾ ਹੁੰਦੀ ਹੈ। ਪਿਆਰ, ਹਮਦਰਦੀ, ਸੇਵਾ, ਸਹਿਯੋਗ ਆਦਿ ਸਾਰੀਆਂ ਚੰਗੀਆਂ ਅਤੇ ਸਹਿਯੋਗੀ ਭਾਵਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਸਾਨੂੰ ਆਪਣੇ ਆਪ ਬਾਰੇ ਸੋਝੀ ਹੋਰਾਂ ਦੇ ਸੰਪਰਕ ਵਿੱਚ ਆਉਣ ਰਾਹੀਂ ਮਿਲਦੀ ਹੈ। ਉਹਨਾਂ ਪ੍ਰਤੀ ਉਹਨਾਂ ਰਾਹੀਂ ਹਮਦਰਦੀ ਦੇ ਭਾਵ ਨਾਲ ਸਾਡਾ ਉਹਨਾਂ ਨਾਲ ਰਿਸ਼ਤਾ ਗੂੜ੍ਹਾ ਅਤੇ ਮਿੱਠਾ ਬਣ ਜਾਂਦਾ ਹੈ। ਹਮਦਰਦੀ ਰਾਹੀਂ ਅਸੀਂ ਦੂਜਿਆਂ ਦੇ ਮਨਾਂ ਵਿੱਚ ਝਾਕਣ, ਸਾਂਝ ਉਪਜਾਉਣ ਅਤੇ ਆਪਣੇ ਆਪ ਨੂੰ ਨਿਖਾਰਨ ਦਾ ਯਤਨ ਕਰਦੇ ਹਾਂ। ਯਾਦਾਰਥ ਬਦਲਦਾ ਰਹਿੰਦਾ ਹੈ, ਪਰ ਹਮਦਰਦੀ ਕਾਰਨ ਰਿਸ਼ਤੇ ਲੰਮੀ ਸੋਚ ਕਰਕੇ ਸਥਿਰ, ਹੰਢਣਸਾਰ ਅਤੇ ਨਿੱਘੇ ਬਣੇ ਰਹਿੰਦੇ ਹਨ। ਗੱਲਬਾਤ ਰਿਸ਼ਤਿਆਂ ਕਾਰਨ ਨਹੀਂ ਹੁੰਦੀ, ਗੱਲਬਾਤ ਹੀ ਰਿਸ਼ਤਾ ਹੁੰਦੀ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਦੂਜਿਆਂ ਦੀ ਸਾਡੇ ਬਾਰੇ ਰਾਏ ਚੰਗੀ ਹੋਵੇ, ਉਹ ਸਾਡੇ ਅਤੇ ਅਸੀਂ ਉਹਨਾਂ ਦੇ ਗੁਣਾਂ ਨੂੰ ਵੇਖੀਏ, ਮਾਣੀਏ ਅਤੇ ਇੱਕ ਦੂਜੇ ਨੂੰ ਪਸੰਦ ਕਰੀਏ। ਅਸੀਂ ਜਾਣਦੇ ਹਾਂ ਕਿ ਕਿਸੇ ਕੋਲ ਵੀ ਇਤਨੇ ਵਸੀਲੇ ਨਹੀਂ ਹੁੰਦੇ ਕਿ ਉਸਨੂੰ ਕਿਸੇ ਹੋਰ ਦੀ ਲੋੜ ਹੀ ਨਾ ਪਏ। ਸੋ ਭਰਪੂਰ ਜੀਵਨ ਜਿਉਣ ਲਈ ਸਾਨੂੰ ਸਾਰਿਆਂ ਦੀ ਅਤੇ ਸਾਰੇ ਸੰਸਾਰ ਦੀ ਲੋੜ ਪੈਂਦੀ ਹੈ। ਹਮਦਰਦੀ ਰਾਹੀਂ ਅਸੀਂ ਉਹ ਸਾਂਝੇ ਮੁੱਦੇ, ਵਿਚਾਰ ਅਤੇ ਭਾਵਨਾਵਾਂ ਚੁਣਦੇ ਹਨ ਜਿਨ੍ਹਾਂ ਬਾਰੇ ਸਾਡੀ ਸਹਿਮਤੀ ਹੁੰਦੀ ਹੈ। ਸਾਂਝ ਹਮਦਰਦੀ ਦੀਆਂ ਅਤੇ ਹਮਦਰਦੀ ਸਹਿਯੋਗ ਦੀਆਂ ਭਾਵਨਾਵਾਂ ਉਸਾਰਦੀ ਹੈ। ਉਂਝ ਨਿਰਭਰਤਾ ਤਰਸ ਪਜਾਉਂਦੀ ਹੈ, ਪਰ ਬਰਾਬਰੀ ਵਾਲੀ ਵਿਹਾਰ ਨਾਲ ਹਮਦਰਦੀ ਉਸਰਦੀ ਹੈ। ਜਦੋਂ ਕੇਵਲ ਹਮਦਰਦੀ ਨਾਲ ਨਹੀਂ ਸਰਦਾ ਅਤੇ ਬਰਾਬਰੀ ਉਸਾਰਨ ਦੀ ਸੰਭਾਵਨਾ ਨਹੀਂ ਹੁੰਦੀ, ਤਾਂ ਅਜਿਹੇ ਸਮੇਂ ਹਮਦਰਦੀ ਤਰਸ ਬਣ ਜਾਂਦੀ ਹੈ। ਮੰਗਤੇ 'ਤੇ ਅਸੀਂ ਤਰਸ ਕਰਦੇ ਹਾਂ, ਪਰ ਗੁਆਂਢੀ ਨਾਲ ਹਮਦਰਦੀ ਪ੍ਰਗਟਾਉਂਦੇ ਹਾਂ। ਜਦੋਂ ਵੱਡਾ ਸਦਮਾ ਜਾਂ ਸਹਿ ਘਾਟਾ ਪਿਆ ਹੋਵੇ ਅਤੇ ਜਦੋਂ ਕੇਵਲ ਹਮਦਰਦੀ ਨਾਲ ਨਹੀਂ ਸਰਦਾ ਜਾਂ ਤਰਸ ਕਾਰਨ ਅਸੀਂ ਮਾਇਕ ਸਹਿਯੋਗ ਵੀ ਦਿੰਦੇ ਹਾਂ, ਮਾਇਕ ਸਹਿਯੋਗ ਅਕਸਰ ਉਸਨੂੰ ਦਿੱਤਾ ਜਾਂਦਾ ਹੈ ਜਿਹੜਾ ਨਿਆਸਰਾ ਹੋਵੇ ਅਤੇ ਜਿਸ ਕੋਲ ਆਪਣੀ ਸਮੱਸਿਆ ਜਾਂ ਅਚਾਨਕ ਉਪਜੀਆਂ ਮੁਸ਼ਕਲਾਂ ਆਪ ਹੱਲ ਕਰਨ ਦੀ ਸਮਰੱਥਾ ਨਾ ਹੋਵੇ। ਤਰਸ ਕਰਨ ਲਈ ਸਾਨੂੰ ਕਿਸੇ ਤੋਂ ਉਸਦੇ ਸਾਰੇ ਵੇਰਵੇ ਨਹੀਂ ਸੁਣਨੇ ਪੈਂਦੇ। ਜੋ ਦਿਸ ਰਿਹਾ ਜਾਂ ਦੱਸਿਆ ਗਿਆ ਹੁੰਦਾ ਹੈ ਉਹੀ ਕਾਫੀ ਹੁੰਦਾ ਹੈ, ਪਰ ਹਮਦਰਦੀ ਵਿੱਚ ਅਸੀਂ ਵੱਧ ਤੋਂ ਵੱਧ ਵੇਰਵੇ ਸੁਣਨੇ ਚਾਹੁੰਦੇ ਹਾਂ, ਕਿਉਂਕਿ ਕਿਸੇ ਨੂੰ ਸੁਣਨਾ ਵੀ ਹਮਦਰਦੀ ਪ੍ਰਗਟਾਉਣ ਦਾ ਢੰਗ ਹੁੰਦਾ ਹੈ। ਹਮਦਰਦੀ ਕਿਸੇ ਦਾ ਦੁੱਖ, ਦਰਦ ਅਤੇ ਸੰਤਾਪ ਘਟਾਉਣ ਵਾਲੀ ਜੁਗਤ ਹੈ, ਜਦੋਂ ਕਿ ਤਰਸ ਮਾਇਕ ਘਾਟਾ ਪੂਰਾ ਕਰਨ ਵਾਲੀ ਵਿਧੀ ਹੈ। ਕਿਸੇ ਵੱਲੋਂ ਆਪਣੇ ਆਪ ਨੂੰ ਤਰਸ ਦਾ ਪਾਤਰ ਬਣਾਉਣਾ ਇਸ ਗੱਲ ਦਾ ਐਲਾਨ ਹੁੰਦਾ ਹੈ ਕਿ ਮੈਂ ਔਸਤ ਨਾਲੋਂ ਨੀਵਾਂ ਹਾਂ, ਪਰ ਮੈਂ ਆਪਣੀ ਮਦਦ ਆਪ ਕਰਨ ਅਤੇ ਆਪਣੀ ਸਮੱਸਿਆ ਆਪ ਹੱਲ ਕਰਨ ਦੇ ਯੋਗ ਨਹੀਂ। ਹੀਣ ਭਾਵਨਾ ਵਾਲੇ ਲੋਕ ਤਰਸ ਵਾਲੀਆਂ ਹਾਲਤਾਂ ਪਜਾਉਂਦੇ ਰਹਿੰਦੇ ਹਨ। ਕੋਈ ਵੀ ਸਵੈ ਵਿਸ਼ਵਾਸ ਵਾਲਾ, ਸਮਰੱਥ ਅਤੇ ਰਿਸ਼ਟ ਪੁਸ਼ਟ ਵਿਅਕਤੀ ਕਿਸੇ ਵੱਲੋਂ ਤਰਸ ਕੀਤੇ ਜਾਣ ਨੂੰ ਉਵੇਂ ਹੀ ਆਪਣਾ ਅਪਮਾਨ ਸਮਝੇਗਾ ਜਿਵੇਂ ਕਿਸੇ ਰੱਜਦੇ ਪੁੱਜਦੇ ਵਿਅਕਤੀ ਨੂੰ ਵਿਚਾਰਾ ਕਹਿ ਦਿੱਤਾ ਜਾਵੇ। ਭੁਚਾਲ ਜਾਂ ਤੂਫਾਨ ਦੀ ਹਾਲਤ ਵਿੱਚ ਗਰੀਬ ਮੁਲਕ ਅਮੀਰ ਮੁਲਕ ਤੋਂ ਦਰਦ ਮੰਗਦੇ ਅਤੇ ਲੈਂਦੇ ਹਨ, ਪਰ ਪਿੱਛੇ ਜੇ ਜਦੋਂ ਚੀਨ ਵਿੱਚ ਭੁਚਾਲ ਆਇਆ ਤਾਂ ਚੀਨ ਨੇ ਐਲਾਨ ਕੀਤਾ ਸੀ ਕਿ ਕੋਈ ਬਾਹਰਲੀ ਮਦਦ ਸਵੀਕਾਰ ਨਹੀਂ ਕੀਤੀ ਜਾਵੇਗੀ। ਪਰ ਕੁਝ ਸਾਲ ਪਹਿਲੇ ਜਦੋਂ ਗੁਜਰਾਤ ਵਿੱਚ ਭੁਚਾਲ ਆਇਆ ਤਾਂ ਅਮਰੀਕਾ ਅਤੇ ਹੋਰ ਦੇਸ਼ਾਂ ਨੇ ਭਾਰੀ ਮਦਦ ਭੇਜੀ ਸੀ ਅਤੇ ਉਸ ਵੇਲੇ ਦੂਰ ਦੁਰਾਡੇ ਸੂਬਿਆਂ ਦੇ ਮੰਗਤੇ ਵੀ ਗੁਜਰਾਤ ਪਹੁੰਚ ਕੇ ਭੁਚਾਲ ਪੀੜਤ ਬਣ ਗਏ ਸਨ। ਗਰੀਬ ਮੁਲਕ ਵਿੱਚ ਹਮਦਰਦੀ ਘੱਟ ਅਤੇ ਤਰਸ ਦੀ ਭਾਵਨਾ ਵਧੇਰੇ ਹੁੰਦੀ ਹੈ। ਹਮਦਰਦੀ ਅਤੇ ਤਰਸ ਦਾ ਸਰੋਤ ਧਰਮ ਹੁੰਦਾ ਹੈ। ਵਿਗਿਆਨ ਦੀ ਦ੍ਰਿਸ਼ਟੀ ਤੋਂ ਹਮਦਰਦੀ ਦੇ ਕੋਈ ਅਰਥ ਨਹੀਂ। ਭਾਰਤੀ ਧਰਮ ਦਾਨ ਦੇਣ ਨੂੰ ਉਤਸ਼ਾਹ ਦਿੰਦੇ ਹਨ। ਜੇ ਦਾਨ ਦਿੱਤਾ ਜਾਣਾ ਹੈ ਤਾਂ ਦਾਨ ਲੈਣ ਵਾਲੇ ਵੀ ਹੋਣੇ ਚਾਹੀਦੇ ਹਨ। ਇਸੇ ਲਈ ਭਾਰਤੀ ਧਾਰਮਿਕ ਸਥਾਨਾਂ 'ਤੇ ਮੰਗਤਿਆਂ ਦੀ ਭਰਮਾਰ ਹੁੰਦੀ ਹੈ। ਤਰਸ ਦੀ ਭਾਵਨਾ ਵਿਕਾਸ ਦੀ ਵਿਰੋਧੀ ਭਾਵਨਾ ਹੈ। ਇਹ ਸਵੈ ਵਿਸ਼ਵਾਸ ਨੂੰ ਮਾਰਦੀ ਅਤੇ ਚੰਗੇ ਭਲੇ ਵਿਅਕਤੀਆਂ ਨੂੰ ਮੰਗਤੇ ਬਣਾ ਦਿੰਦੀ ਹੈ। ਅਸਫਲਤਾ, ਵਿਛੋੜਾ, ਹਾਦਸਾ, ਨੁਕਸਾਨ ਆਦਿ ਹਰ ਕਿਸੇ ਨਾਲ ਵਾਪਰਨ ਵਾਲੇ ਅਜਿਹੇ ਵਰਤਾਰੇ ਹੁੰਦੇ ਹਨ ਜਿਹੜੇ ਹਮਦਰਦੀ ਦੇ ਭਾਵ ਜਗਾਉਂਦੇ ਹਨ। ਹਮਦਰਦੀ ਨੂੰ ਮਹਿਸੂਸ ਦਿਲ ਕਰਦਾ ਹੈ, ਪਰ ਇਸ ਦੀ ਲੋੜ ਮਨ ਉਪਜਾਉਂਦਾ ਹੈ। ਹਮਦਰਦੀ ਮਨ ਦੀ ਅਮੀਰੀ ਵਿੱਚ ਉਪਜਦੀ ਹੈ। ਹਮਦਰਦੀ ਨੂੰ ਪ੍ਰਗਟਾਉਣ ਲਈ ਗਿਆਨਵਾਨ ਜਾਂ ਅਨਪੜ੍ਹ ਹੋਣਾ ਕੋਈ ਅਰਥ ਨਹੀਂ ਰੱਖਦਾ। ਇਸ ਦੀ ਲੋੜ ਹਰ ਕਿਸੇ ਨੂੰ ਪੈਂਦੀ ਹੈ। ਇਸ ਨੂੰ ਹਰ ਕੋਈ ਪ੍ਰਗਟਾ ਸਕਦਾ ਹੈ। ਸਮਾਜ ਵਿੱਚ ਹੋਰਾਂ ਨੂੰ ਸਮਝਣ ਤੋਂ ਬਿਨਾਂ ਆਪ ਮਹੱਤਵਪੂਰਨ ਨਹੀਂ ਬਣਿਆ ਜਾ ਸਕਦਾ। ਹੋਰਾਂ ਨੂੰ ਸਮਝਣ ਲਈ ਹਮਦਰਦੀ ਬੜਾ ਕਾਰਗਰ ਵਸੀਲਾ ਹੁੰਦੀ ਹੈ। ਕਿਸੇ ਵਿੱਚ ਹਮਦਰਦੀ ਜਿਤਨੀ ਵੱਧ ਹੋਵੇਗੀ, ਉਸ ਵਿੱਚ ਇਨਸਾਨੀਅਤ ਅਤੇ ਸਹਿਯੋਗ ਦੀ ਭਾਵਨਾ ਵੀ ਉਤਨੀ ਵਧੇਰੇ ਹੋਵੇਗੀ। ਇਨਸਾਨੀਅਤ ਪਸ਼ੂਆਂ ਪ੍ਰਤੀ ਵਿਹਾਰ ਵਿੱਚ ਵੀ ਹਮਦਰਦੀ ਭਰ ਦਿੰਦੀ ਹੈ। ਸਿਧਾਂਤਿਕ ਸੋਚ ਵਾਲਿਆਂ ਨਾਲੋਂ ਹੱਥੀਂ ਕੰਮ ਕਰਨ ਵਾਲਿਆਂ ਵਿੱਚ ਹਮਦਰਦੀ ਵਧੇਰੇ ਹੁੰਦੀ ਹੈ। ਜੇ ਕਿਸੇ ਵਿੱਚ ਹਮਦਰਦੀ ਦੀ ਭਾਵਨਾ ਨਹੀਂ ਤਾਂ ਉਸ ਕੋਲ ਕੁਝ ਵੀ ਨਹੀਂ ਹੋਵੇਗਾ, ਉਸਦਾ ਕੋਈ ਮਹੱਤਵ ਨਹੀਂ ਹੁੰਦਾ। ਹਮਦਰਦੀ ਮਨੁੱਖ ਦੇ ਮਨੁੱਖ ਹੋਣ ਦੀ ਪਛਾਣ ਹੁੰਦੀ ਹੈ। ਬਹੁਤੇ ਲੋਕ ਰਸਮੀ ਹਮਦਰਦੀ ਪ੍ਰਗਟਾਉਂਦੇ ਹਨ। ਜੇ ਕੋਈ ਅਫਸਰ ਹਸਪਤਾਲ ਵਿੱਚ ਦਾਖਲ ਹੋਵੇ ਤਾਂ ਉਸ ਪ੍ਰਤੀ ਹਮਦਰਦੀ ਰਸਮੀ ਹੀ ਹੋ ਸਕਦੀ ਹੈ, ਪਰ ਨਿਰਸਵਾਰਥ ਹਮਦਰਦੀ ਦਾ ਸਥੂਲ ਪ੍ਰਗਟਾਵਾ ਲੰਮਾ ਅਰਸਾ ਯਾਦ ਰਹਿੰਦਾ ਹੈ। ਇੱਕ ਵਿਅਕਤੀ ਦੀ ਲੱਤ ਟੁੱਟ ਗਈ। ਉਸਦੇ ਦੋਸਤ, ਮਿੱਤਰਾਂ ਅਤੇ ਸਹਿਕਰਮੀਆਂ ਨੇ ਹਮਦਰਦੀ ਪ੍ਰਗਟਾਈ, ਪਰ ਇੱਕ ਹਮਦਰਦ ਉਸ ਲਈ ਭੁੰਨਿਆ ਹੋਇਆ ਮੁਰਗਾ ਲਿਆਇਆ।
ਇਹ ਹਮਦਰਦੀ ਦਾ ਸਥੂਲ ਪ੍ਰਗਟਾਵਾ ਸੀ। ਮਕਾਨ ਬਾਰੇ ਇੱਕ ਵਿਅਕਤੀ ਦਾ ਰਾਜ ਮਿਸਤਰੀ ਕਮਜ਼ੋਰੀ ਕਾਰਨ ਬਿਮਾਰ ਪੈ ਗਿਆ। ਮਾਲਕ ਉਸ ਲਈ 50 ਅੰਡੇ ਲੈ ਕੇ ਉਸਦਾ ਜਦੋਂ ਹਾਲ ਚਾਲ ਪੁੱਛਣ ਆਇਆ ਤਾਂ ਮਿਸਤਰੀ ਨੇ ਪ੍ਰਸੰਨ ਹੋ ਕੇ ਕਿਹਾ, ਹੁਣ ਮੇਰੀ ਹੀ ਨਹੀਂ ਮੇਰੇ ਪਰਿਵਾਰ ਦੀ ਵੀ ਕਮਜ਼ੋਰੀ ਦੂਰ ਹੋ ਜਾਵੇਗੀ। ਬੇਨੇਮੀ ਜਾਂ ਤਾਂ ਅਧਿਕ ਹਮਦਰਦੀ ਸ਼ੱਕ ਭਜਾਉਂਦੀ ਹੈ, ਜਿਸ ਨਾਲ ਬਹੁਤ ਅਧਿਕ ਹਮਦਰਦੀ ਪ੍ਰਗਟਾਈ ਜਾਏ ਉਹ ਸੁਚੇਤ ਹੋ ਜਾਂਦਾ ਹੈ, ਜਿਵੇਂ ਉਸ ਨਾਲ ਕੋਈ ਧੋਖਾ ਹੋਣ ਲੱਗਾ ਹੋਵੇ। ਜੇ ਕੋਈ ਪੁਰਸ਼ ਕਿਸੇ ਇਸਤਰੀ ਨਾਲ ਬੇਲੋੜੀ ਹਮਦਰਦੀ ਪ੍ਰਗਟਾਏ ਤਾਂ ਇਸਤਰੀ ਸਾਵਧਾਨ ਹੋ ਜਾਂਦੀ ਹੈ। ਜਿਹੜਾ ਹਰ ਕਿਸੇ ਨਾਲ ਹਮਦਰਦੀ ਪ੍ਰਗਟਾਉਂਦਾ ਹੈ ਉਸ ਨੂੰ ਅਯੋਗ ਲਾਭ ਲੈਣ ਵਾਲਾ ਹੈ, ਸਵਾਰਥੀ ਅਤੇ ਗਲਤ ਬੰਦੇ ਘੇਰ ਲੈਂਦੇ ਹਨ। ਉਂਝ ਤਾਂ ਹਮਦਰਦੀ ਸਭ ਵਿੱਚ ਹੋਣੀ ਚਾਹੀਦੀ ਹੈ, ਪਰ ਡਾਕਟਰਾਂ, ਅਧਿਆਪਕਾਂ, ਪੁਰੋਹਿਤਾਂ, ਕਲਾਕਾਰਾਂ, ਕਵੀਆਂ ਆਦਿ ਵਿੱਚ ਇਹ ਵਧੇਰੇ ਹੁੰਦੀ ਹੈ ਅਤੇ ਹੋਣੀ ਚਾਹੀਦੀ ਹੈ। ਹਮਦਰਦੀ ਮੋਹ ਦਾ ਪ੍ਰਗਟਾਵਾ ਕਰਦੀ ਹੈ। ਮੋਹ ਸਮੁੱਚੇ ਜੀਵ ਜੰਤੂ ਜਗਤ ਦੀ ਮੂਲ ਪ੍ਰਵਿਰਤੀ ਹੈ। ਪੁਰਸ਼ ਅਤੇ ਇਸਤਰੀ ਵਿਚਕਾਰ ਮੋਹ ਭਰੀ ਹਮਦਰਦੀ ਅਤੇ ਸਾਂਝ ਸੁਭਾਵਿਕ ਹੁੰਦੀ ਹੈ, ਪਰ ਇਹ ਹੁੰਦੀ ਬੜੀ ਗੁੰਝਲਦਾਰ ਅਤੇ ਜਟਿਲ ਹੈ। ਮਨੁੱਖ ਲਈ ਪਿਆਰ ਅਤੇ ਮੋਹ ਹਮਦਰਦੀ ਨਾਲੋਂ ਵਧੇਰੀਆਂ ਲੋੜਾਂ ਹਨ। ਪਿਆਰ ਅਤੇ ਮੋਹ ਅਤੇ ਸਾਧ ਦੀਆਂ ਤਾਂ ਕਾਰਨ ਇਸਤਰੀ ਪੁਰਸ਼ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਪ੍ਰਵੇਸ਼ ਕਰਦੇ ਅਤੇ ਇੱਕ ਦੂਜੇ ਤੋਂ ਬਿਨਾਂ ਦੋਵੇਂ ਅਧੂਰੇ, ਸੁਸਤ, ਥੱਕੇ ਹੋਏ, ਸੀਮਤ ਅਤੇ ਨੀਮ ਪਾਗਲ ਪ੍ਰਤੀਤ ਹੁੰਦੇ ਹਨ। ਪਿਆਰ ਅਨੇਕਾਂ ਢੰਗਾਂ ਨਾਲ ਸੰਸਾਰ ਦਾ ਰਾਹ ਖੋਲ੍ਹਦਾ ਹੈ। ਇਸ ਨਾਲ ਅਸੀਂ ਵਿਕਾਸ ਵੀ ਕਰਦੇ ਹਾਂ ਅਤੇ ਵਿਸ਼ਾਲ ਅਤੇ ਡੂੰਘੇ ਵੀ ਹੁੰਦੇ ਹਾਂ। ਜਦੋਂ ਸਾਨੂੰ ਪਿਆਰ ਅਤੇ ਹਮਦਰਦੀ ਮਿਲਦੀ ਹੈ ਤਾਂ ਹੀ ਇਹ ਅਸੀਂ ਹੋਰਾਂ ਨੂੰ ਦੇਣ ਯੋਗ ਹੁੰਦੇ ਹਾਂ। ਜਿਸ ਨਾਲ ਪਿਆਰ ਹੁੰਦਾ ਹੈ ਉਸਦੇ ਦੁੱਖ ਸੁੱਖ ਸਾਡੇ ਆਪਣੇ ਹੋ ਨਿਬੜਦੇ ਹਨ। ਪਿਆਰ ਅਤੇ ਹਮਦਰਦੀ ਅਕਸਰ ਇਕੱਠੇ ਹੀ ਹੁੰਦੀ ਹੈ। ਇਹ ਇੱਕ ਦੂਜੇ ਨੂੰ ਨਿਰੰਤਰ ਤਾਲ ਅਤੇ ਉਤਸ਼ਾਹ ਦਿੰਦੇ ਹਨ। ਪਿਆਰ ਵਿੱਚੋਂ ਹੀ ਪਰਮਾਤਮਾ ਦੀ ਸੋਝੀ ਮਿਲਦੀ ਹੈ। ਜਦੋਂ ਹਮਦਰਦੀ ਦਾ ਮਹੱਤਵ ਪਤਾ ਲੱਗ ਜਾਂਦਾ ਹੈ ਤਾਂ ਸਮਾਜ ਅਤੇ ਸੰਸਾਰ ਦੇ ਮਹੱਤਵ ਦੀ ਸਮਝ ਵੀ ਆ ਜਾਂਦੀ ਹੈ। ਦੁੱਖ ਸੁੱਖ ਰਾਹੀਂ ਅਸੀਂ ਨਫ਼ਰਤ, ਹਮਦਰਦੀ ਦਾ ਅੰਤਰ ਸਮਝਦੇ ਹਾਂ ਅਤੇ ਮਾਪਿਆਂ, ਅਧਿਆਪਕਾਂ, ਦੋਸਤਾਂ, ਸਹੇਲੀਆਂ ਦਾ ਮਹੱਤਵ ਪਛਾਣਦੇ ਹਾਂ। ਹਮਦਰਦੀ ਨਾਲ ਨਜ਼ਰ ਕੂਲੀ ਹੋ ਜਾਂਦੀ ਹੈ, ਭਾਵ ਸੂਖਮ ਹੋ ਜਾਂਦੇ ਹਨ, ਬੋਲ ਮਿੱਠੇ ਹੋ ਜਾਂਦੇ ਹਨ ਅਤੇ ਸਾਰਾ ਸੰਸਾਰ ਆਪਣਾ ਲੱਗਣ ਲੱਗ ਪੈਂਦਾ ਹੈ। ਹਮਦਰਦੀ ਦਾ ਆਧਾਰ ਸਨੇਹ ਅਤੇ ਮਮਤਾ ਹਨ। ਹਮਦਰਦ ਵਿਅਕਤੀ ਚੰਗੇ, ਸਹੀ, ਉਦਾਰ, ਨਿਆਂਪੂਰਨ ਅਤੇ ਸਹਿਯੋਗੀ ਹੁੰਦੇ ਹਨ। ਸਰਬੱਤ ਦੇ ਭਲੇ ਦੀ ਗੱਲ ਕੋਈ ਨਾਨਕ ਹੀ ਕਰ ਸਕਦਾ ਹੈ। ਹੋਰਾਂ ਦੇ ਧਰਮ ਦੀ ਰੱਖਿਆ ਕੋਈ ਤੇਗ ਬਹਾਦਰ ਹੀ ਕਰ ਸਕਦਾ ਹੈ। ਜਿਨ੍ਹਾਂ ਵਿੱਚ ਹਮਦਰਦੀ ਦੇ ਭਾਵਨ ਹੁੰਦੇ ਹਨ ਉਹਨਾਂ ਦੇ ਜਜ਼ਬੇ ਉੱਚੇ, ਭਾਵਨਾ ਪਵਿੱਤਰ ਅਤੇ ਤੱਕਣੀ ਵਿੱਚ ਮਮਤਾ ਹੁੰਦੀ ਹੈ। ਪੁਰਸ਼ ਸਮਾਜ ਦੀਆਂ ਸਮੱਸਿਆਵਾਂ ਸੁਲਝਾਉਣ ਵਿੱਚ ਮਾਹਰ ਹੁੰਦੇ ਹਨ, ਇਸਤਰੀਆਂ ਹਮਦਰਦੀ ਪ੍ਰਗਟਾਉਣ ਵਿੱਚ ਨਿਪੁੰਨ ਹੁੰਦੀਆਂ ਹਨ। ਮਦਰ ਟੈਰੇਸਾ ਨੇ ਆਪਣੇ ਦੇਸ਼ ਅਤੇ ਪਰਿਵਾਰ ਦੇ ਆ ਕੇ ਜਦੋਂ ਕਲਕੱਤੇ ਵਿੱਚ ਕਾਲੀ ਮੰਦਰ ਦੇ ਨੇੜੇ ਆਪਣਾ ਆਸ਼ਰਮ ਖੋਲ੍ਹਿਆ ਤਾਂ ਮੰਦਰ ਦੇ ਪੁਰੋਹਿਤਾਂ ਨੇ ਵਿਰੋਧ ਕੀਤਾ ਅਤੇ ਭਾਂਤ-ਭਾਂਤ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਪੁਜਾਈਆਂ। ਪਰ ਜਦੋਂ ਇੱਕ ਪੁਰੋਹਿਤ ਨੂੰ ਤਪਦਿਕ ਹੋ ਗਈ ਤਾਂ ਉਸਦਾ ਸਾਥੀ ਪੁਰੋਹਿਤ ਵੀ ਉਸ ਤੋਂ ਦੂਰ ਹੋ ਗਏ। ਪਰ ਜਦੋਂ ਮਦਰ ਨੇ ਉਸਨੂੰ ਆਪਣੀ ਆਸ਼ਰਮ ਵਿੱਚ ਦਾਖਲ ਕਰਵਾ ਕੇ ਉਸਦੀ ਸੇਵਾ ਕੀਤੀ ਤਾਂ ਮਦਰ ਦੇ ਆਸ਼ਰਮ ਦੀ ਸਥਾਪਤੀ ਵਿੱਚ ਵਿਘਨ ਪਾਉਣ ਵਾਲੀ ਇਹ ਪੁਰੋਹਿਤ ਉਸਦੇ ਪ੍ਰਸ਼ੰਸਕ ਬਣ ਗਏ। ਹਿੰਦੂ ਹਿੰਦੂਆਂ ਲਈ, ਮੁਸਲਮਾਨ ਮੁਸਲਮਾਨਾਂ ਲਈ ਪਰਉਪਕਾਰ ਕਰਦੇ ਹਨ, ਪਰ ਈਸਾਈ ਧਰਮ ਦੀ ਮਦਰ ਟੈਰੇਸਾ ਨੇ ਆਪਣੇ ਆਸ਼ਰਮ ਦੇ ਦਰਵਾਜ਼ੇ ਸਾਰੇ ਧਰਮਾਂ ਦੇ ਪੀੜਤਾਂ ਲਈ ਖੋਲ੍ਹੇ ਹੋਏ ਸਨ। ਜਦੋਂ ਅਤੇ ਜਿੱਥੇ ਭੂਚਾਲ ਆਉਂਦਾ ਹੈ, ਹੜ੍ਹਾਂ ਨਾਲ ਤਬਾਹੀ ਮੱਚਦੀ ਹੈ ਤਾਂ ਉੱਥੇ ਸਿੱਖ ਲੰਗਰ ਲਾਉਂਦੇ ਹਨ ਅਤੇ ਇਹ ਲੰਗਰ ਕਾਮਯਾਬੀ ਨਾਲ ਚੱਲਦੇ ਹਨ। ਉਂਝ ਹਰ ਥਾਂ ਚੌਧਰ ਦੇ ਝਗੜੇ ਹੁੰਦੇ ਹਨ, ਪਰ ਮੁਸੀਬਤ ਵਿੱਚ ਘਿਰੇ ਲੋਕਾਂ ਪ੍ਰਤੀ ਹਮਦਰਦੀ ਵਿੱਚ ਲਾਏ ਲੰਗਰ ਵਿੱਚ ਇਸ ਕਰਕੇ ਕੋਈ ਵਿਘਨ ਨਹੀਂ ਪੈਂਦਾ, ਕਿਉਂਕਿ ਇਹ ਕਿਸੇ ਵਿਅਕਤੀ ਦਾ ਨਹੀਂ, ਗੁਰੂ ਦਾ ਲੰਗਰ ਬਣ ਜਾਂਦਾ ਹੈ, ਜਿਸ ਵਿੱਚ ਨਾ ਕੋਈ ਵਿਘਨ ਪਾਉਂਦਾ ਹੈ ਅਤੇ ਨਾ ਹੀ ਕੋਈ ਵਿਘਨ ਪੈਣ ਦਿੱਤਾ ਜਾਂਦਾ ਹੈ। ਸਭ ਪਾਸੇ ਹਮਦਰਦੀ ਅਤੇ ਸੇਵਾ ਦਾ ਬੋਲਬਾਲਾ ਹੁੰਦਾ ਹੈ। ਬੱਚਿਆਂ ਵਿੱਚ ਹਮਦਰਦੀ ਨਹੀਂ ਹੁੰਦੀ, ਉਹ ਕਿਸੇ ਦੇ ਨੁਕਸ ਨੂੰ ਆਪਣਾ ਮਨੋਰੰਜਨ ਦਾ ਬਹਾਨਾ ਬਣਾ ਲੈਂਦੇ ਹਨ। ਬੱਚਿਆਂ ਵਿੱਚ ਹਮਦਰਦੀ ਉਦੋਂ ਉਪਜਦੀ ਹੈ ਜਦੋਂ ਆਪ ਮੁਸ਼ਕਲਾਂ ਵਿੱਚੋਂ ਲੰਘਦੇ ਹਨ। ਬਜ਼ੁਰਗਾਂ ਕੋਲ ਆਪਣੀਆਂ ਹੀ ਸਮੱਸਿਆਵਾਂ ਇਤਨੀਆਂ ਹੁੰਦੀਆਂ ਹਨ ਕਿ ਉਹ ਆਪ ਹਮਦਰਦੀ ਦੇ ਤਾਂਗਵਾਨ ਹੁੰਦੇ ਹਨ। ਬਹੁਤ ਸੋਹਣੀਆਂ ਇਸਤਰੀਆਂ ਅਤੇ ਬਹੁਤ ਉੱਚੇ ਅਹੁਦਿਆਂ 'ਤੇ ਲੱਗੇ ਵਿਅਕਤੀਆਂ ਵਿੱਚ ਕਿਸੇ ਪ੍ਰਤੀ ਹਮਦਰਦੀ ਪ੍ਰਗਟਾਉਣਾ ਜਾਂ ਧਿਆਨ ਦੇਣ ਦੀ ਯੋਗਤਾ ਘੱਟ ਹੁੰਦੀ ਹੈ, ਧਿਆਨ ਪ੍ਰਾਪਤ ਕਰਨ ਦੀ ਹੀ ਆਦਤ ਹੁੰਦੀ ਹੈ। ਇਹਨਾਂ ਦੀ ਹਮਦਰਦੀ ਫੋਟੋਆਂ ਖਿਚਵਾਉਣ ਅਤੇ ਖਬਰਾਂ ਲਵਾਉਣ ਲਈ ਹੁੰਦੀ ਹੈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ, ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਵਿੱਚ, ਅਮੀਰਾਂ ਦੇ ਮੁਕਾਬਲੇ ਗਰੀਬਾਂ ਵਿੱਚ, ਮੈਦਾਨੀ ਇਲਾਕਿਆਂ ਦੇ ਮੁਕਾਬਲੇ ਪਹਾੜੀ ਲੋਕਾਂ ਵਿੱਚ ਹਮਦਰਦੀ ਵਧੇਰੇ ਹੁੰਦੀ ਹੈ। ਹਮਦਰਦੀ ਦਾ ਗਰੀਬੀ ਨਾਲ ਵੀ ਸਿੱਧਾ ਸੰਬੰਧ ਹੈ। ਜਿਉਂ ਜਿਉਂ ਲੋਕਾਂ ਦੀ ਆਰਥਿਕ ਹਾਲਤ ਸੁਧਰਦੀ ਹੈ, ਤਿਉਂ ਤਿਉਂ ਕਿਸੇ ਦੀ ਮਦਦ ਅਤੇ ਹਮਦਰਦੀ ਦੀ ਲੋੜ ਘੱਟਦੀ ਹੈ। ਮਾਇਕ ਸਹਾਇਤਾ ਰਿਸ਼ਤੇਦਾਰਾਂ ਤੋਂ ਨਹੀਂ, ਬੈਂਕਾਂ ਤੋਂ ਲਈ ਜਾਂਦੀ ਹੈ, ਜਿਸ ਨਾਲ ਨਿਰਭਰਤਾ ਵਾਲੇ ਵਿਹਾਰ ਦੀ ਥਾਂ ਸੁਤੰਤਰ ਵਿਹਾਰ ਦਾ ਬੋਲਬਾਲਾ ਹੁੰਦਾ ਹੈ। ਮਹਾਂਨਗਰਾਂ ਵਿੱਚ ਵਿਸ਼ਾਲ ਸਾਧਨਾਂ ਵਾਲੇ ਸਮਰੱਥ ਲੋਕ ਰਹਿੰਦੇ ਹਨ, ਇਸੇ ਕਰਕੇ ਇਹਨਾਂ ਨੂੰ ਰੁੱਖੇ ਅਤੇ ਨਿਰਮੋਹੀ ਸ਼ਹਿਰ ਕਿਹਾ ਜਾਂਦਾ ਹੈ, ਜਿੱਥੇ ਹੋਰਾਂ ਨਾਲ ਹਮਦਰਦੀ ਨਹੀਂ ਪ੍ਰਗਟਾਈ ਜਾਂਦੀ, ਸਗੋਂ ਨਫ਼ਰਤ ਕੀਤੀ ਜਾਂਦੀ ਹੈ। ਸ਼ਹਿਰ ਵਿੱਚ ਅਜਨਬੀ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਪਿੰਡ ਵਿੱਚ ਅਜਨਬੀ ਨੂੰ ਖਾਣਾ ਹੀ ਨਹੀਂ ਖਵਾਇਆ ਜਾਂਦਾ, ਉਸਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਜਿਉਂ ਜਿਉਂ ਜੀਵਨ ਦੀ ਰਫ਼ਤਾਰ ਤੇਜ਼ ਅਤੇ ਪਰਸਪਰ ਨਿਰਭਰਤਾ ਘੱਟਦੀ ਹੈ, ਤਿਉਂ ਤਿਉਂ ਜੀਵਨ ਵਿੱਚ ਹਮਦਰਦੀ ਲੋਪ ਹੁੰਦੀ ਜਾਂਦੀ ਹੈ। ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਹਰ ਕੋਈ ਧੱਕੇ ਮਾਰ ਰਿਹਾ ਪ੍ਰਤੀਤ ਹੁੰਦਾ ਹੈ। ਧਨ ਅਤੇ ਅਹੁਦਾ ਵਧਣ ਨਾਲ ਮਨੁੱਖ ਨਰਮ ਨਹੀਂ ਰਹਿੰਦਾ।
ਸਖਤ ਹੋ ਜਾਂਦਾ ਹੈ। ਇੱਕ ਵਾਰੀ ਸ਼ਹਿਰੀ ਸਵਾਰੀਆਂ ਨਾਲ ਭਰੀ ਬੱਸ ਸ਼ਿਮਲੇ ਜਾ ਰਹੀ ਸੀ। ਸਾਫ਼ ਕਮੀਜ਼ ਪਜਾਮੇ ਵਾਲੀ ਇੱਕ ਬਜ਼ੁਰਗ ਸਵਾਰੀ ਬੱਸ ਵਿੱਚ ਚਾੜੀ, ਸਭ ਪਾਸੇ ਮੁਸਕਰਾ ਕੇ ਵੇਖਿਆ ਅਤੇ ਕੋਈ ਖਾਲੀ ਸੀਟ ਲੱਭਣ ਦਾ ਯਤਨ ਕੀਤਾ, ਪਰ ਸਾਰੇ ਉਸ ਦੇ ਆਗਮਨ ਨਾਲ ਨਾਰਾਜ਼ ਸਨ, ਕਲੋਲਾਂ ਕਰ ਰਹੇ ਸਨ। ਇੱਕ ਨਵੇਂ ਵਿਆਹੇ ਜੋੜੇ ਨੇ ਬਜ਼ੁਰਗ ਸਵਾਰੀ ਵੱਲ ਪਰੇਸ਼ਾਨੀ ਨਾਲ ਵੇਖਿਆ। ਉਹ ਦੋ ਸਨ, ਪਰ ਉਹ ਤਿੰਨ ਸੀਟਾਂ 'ਤੇ ਖੁੱਲ੍ਹੇ ਹੋ ਕੇ ਬਹਿ ਗਏ ਤਾਂ ਕਿ ਬਜ਼ੁਰਗ ਸਵਾਰੀ ਉੱਥੇ ਨਾ ਬਹਿ ਸਕੇ। ਇਹਨਾਂ ਦੀਆਂ ਕਲੋਲਾਂ ਨਾਲ ਚਿੜੀ ਹੋਈ ਇੱਕ ਜਨਾਨਾ ਸਵਾਰੀ ਨੇ ਉਸ ਬਜ਼ੁਰਗ ਨੂੰ ਘੂਰਵੀਂ ਨਜ਼ਰ ਨਾਲ ਆਪਣੇ ਨਾਲ ਦੀ ਸੀਟ 'ਤੇ ਬੈਠਣ ਤੋਂ ਰੋਕਿਆ। ਇੱਕ ਹੋਰ ਆਦਮੀ ਨੇ ਆਪਣੇ ਨਾਲ ਦੀ ਸੀਟ 'ਤੇ ਆਪਣਾ ਸੂਟਕੇਸ ਰੱਖ ਕੇ ਉਸ 'ਤੇ ਕਬਜ਼ਾ ਕਰ ਲਿਆ। ਇੱਕ ਹੋਰ ਅਖਬਾਰ ਫੈਲਾ ਕੇ ਨਾਲ ਦੀ ਸੀਟ 'ਤੇ ਭਰੀ ਹੋਣ ਦਾ ਵਿਖਾਵਾ ਕਰ ਰਿਹਾ ਸੀ। ਇੱਕ ਇਸਤਰੀ ਨੇ ਗੋਦੀ ਵਿੱਚ ਚੁੱਕ ਕੇ ਆਪਣੇ ਬੱਚੇ ਨੂੰ ਖਾਲੀ ਸੀਟ 'ਤੇ ਬਿਠਾ ਕੇ ਦੋਵੇਂ ਸੀਟਾਂ ਭਰ ਦਿੱਤੀਆਂ। ਉਹ ਬਜ਼ੁਰਗ ਸਾਰੀਆਂ ਸਵਾਰੀਆਂ ਦੇ ਉਪਰਾਲੇ ਵੇਖ ਰਿਹਾ ਸੀ ਅਤੇ ਸਾਰੀਆਂ ਸਵਾਰੀਆਂ ਉਸ ਨੂੰ ਆਪਣੇ ਨਾਲ ਬੈਠਣ ਤੋਂ ਰੋਕਣ ਵਿੱਚ ਰੁੱਝੀਆਂ ਹੋਈਆਂ ਸਨ। ਉਸ ਬਜ਼ੁਰਗ ਦਾ ਨੁਕਸ ਕੇਵਲ ਇਹ ਸੀ ਕਿ ਆਪਣੇ ਆਪ ਨੂੰ ਅਮੀਰ ਸਮਝਣ ਵਾਲੇ ਸ਼ਹਿਰੀਆਂ ਦੀ ਭਰੀ ਬੱਸ ਵਿੱਚ ਉਹ ਇਕੱਲਾ ਪੇਂਡੂ ਸੀ ਅਤੇ ਸਾਰਿਆਂ ਨੂੰ ਉਸ ਨੂੰ ਬੱਸ ਵਿੱਚ ਚੜ੍ਹਨ ਦੀ ਸਜ਼ਾ ਸੁਣਾ ਦਿੱਤੀ ਸੀ। ਇਸ ਬੱਸ ਦੀਆਂ ਸ਼ਹਿਰੀ ਸਵਾਰੀਆਂ ਕੋਲ ਸਭ ਕੁਝ ਸੀ ਪਰ ਹਮਦਰਦੀ ਨਹੀਂ ਸੀ। ਕਿਸੇ ਪ੍ਰਤੀ ਹਮਦਰਦੀ ਕਿਸੇ ਕੋਲ ਕੁਝ ਨਾ ਹੋਣ ਕਾਰਨ ਨਹੀਂ, ਕਿਸੇ ਦਾ ਕੁਝ ਮਹੱਤਵਪੂਰਨ ਅਤੇ ਕੀਮਤੀ ਚੀਜ਼ ਗੁਆਚ ਜਾਣ ਨਾਲ ਉਪਜਦੀ ਹੈ। ਅਕਸਰ ਬਹੁਤਿਆਂ ਨੂੰ ਮਦਦ ਨਹੀਂ ਹਮਦਰਦੀ ਦੀ ਲੋੜ ਹੁੰਦੀ ਹੈ। ਇਕੱਲੇ ਅਤੇ ਨਿਆਸਰੀ ਵਿਅਕਤੀ ਨੂੰ ਅਜੋਕਾ ਸੰਸਾਰ ਢਾਹ ਲੈਂਦਾ ਹੈ, ਪਰ ਆਪਣਿਆਂ ਅਤੇ ਅਜਨਬੀਆਂ ਦੀ ਹਮਦਰਦੀ ਮਿਲਣ ਨਾਲ ਉਹ ਉੱਠ ਖਲੋਂਦਾ ਹੈ। ਪਰਿਵਾਰ ਵਿੱਚ ਹਮਦਰਦੀ ਦੀ ਪਰਸਪਰ ਭਾਵਨਾ ਕਾਰਨ ਇੱਕ ਦਾ ਦੁੱਖ ਹਰ ਕਿਸੇ ਦਾ ਦੁੱਖ ਹੋ ਨਿਬੜਦਾ ਹੈ ਅਤੇ ਦੁੱਖ ਵੰਡਿਆ ਜਾਂਦਾ ਹੈ। ਹੋਰਾਂ ਦੇ ਦੁੱਖ ਵਿੱਚ ਸ਼ਾਮਿਲ ਹੋਣ ਨਾਲ ਸਾਡਾ ਆਪਣਾ ਦੁੱਖ ਵੀ ਘੱਟ ਜਾਂਦਾ ਹੈ। ਉਂਝ ਇਸਤਰੀ ਪੁਰਸ਼ ਨਾਲੋਂ ਕਮਜ਼ੋਰ ਹੁੰਦੀ ਹੈ, ਪਰ ਉਸ ਕੋਲੋਂ ਹਮਦਰਦੀ ਦੀ ਤਾਕਤ ਵਧੇਰੇ ਹੁੰਦੀ ਹੈ, ਜਿਸ ਨੂੰ ਮਮਤਾ ਕਿਹਾ ਜਾਂਦਾ ਹੈ। ਇਸ ਮਮਤਾ ਨਾਲ ਹੀ ਮਕਾਨ ਘਰ ਬਣਦਾ ਹੈ ਅਤੇ ਪਰਿਵਾਰ ਉਸਰਦਾ ਹੈ ਅਤੇ ਜੁੜਿਆ ਰਹਿੰਦਾ ਹੈ। ਇੱਕ ਵਾਰੀ ਇੱਕ ਹਮਦਰਦ ਨੇ ਵੱਖ ਰਹਿ ਰਹੇ ਪਤੀ ਪਤਨੀ ਦੀ ਇੱਕ ਹੋਟਲ ਵਿੱਚ ਮਿਲਣੀ ਦਾ ਪ੍ਰਬੰਧ ਕੀਤਾ। ਕੁਝ ਮਿੰਟਾਂ ਦੀ ਗੱਲਬਾਤ ਉਪਰੰਤ ਪਤਨੀ ਨੇ ਪੁਰਾਣੀਆਂ ਵਧੀਕੀਆਂ ਨੂੰ ਦੁਹਰਾਉਂਦਿਆਂ ਕਿਹਾ ਕਿ ਮੈਂ ਜਾ ਰਹੀ ਹਾਂ। ਪਤੀ ਨੂੰ ਪਤਾ ਸੀ ਕਿ ਇਸ ਮਗਰੋਂ ਕਦੇ ਨਹੀਂ ਆਏਗੀ। ਜਦੋਂ ਪਤਨੀ ਜਾਣ ਲੱਗੀ ਤਾਂ ਪਤਨੀ ਨੇ ਕਿਹਾ, ਕੋਈ ਚੰਗੀ ਗੱਲ ਕਹਿ ਕੇ ਜਾ। ਜਦੋਂ ਪਤਨੀ ਰੁਕ ਗਈ ਪਰ ਚੁੱਪ ਹੀ ਰਹੀ ਤਾਂ ਪਤੀ ਨੇ ਕਿਹਾ, ਮੈਨੂੰ ਤੇਰੀ ਹਮਦਰਦੀ ਦੀ ਲੋੜ ਹੈ। ਮੈਂ ਜਾਣਦਾ ਹਾਂ ਅਤੇ ਮੰਨਦਾ ਹਾਂ ਕਿ ਮੈਂ ਤੇਰੀਆਂ ਆਸਾਂ 'ਤੇ ਪੂਰਾ ਨਹੀਂ ਉਤਰਿਆ, ਪਰ ਹੁਣ ਮੈਂ ਆਪਣੇ ਯਤਨਾਂ ਨਾਲ ਚੰਗਾ ਇਨਸਾਨ ਬਣਾਂਗਾ। ਤੂੰ ਮੈਨੂੰ ਚੰਗਾ ਪਤੀ ਅਤੇ ਚੰਗਾ ਪਿਤਾ ਬਣਨ ਵਿੱਚ ਸਹਿਯੋਗ ਦੇ। ਪਤਨੀ ਨੂੰ ਪਹਿਲੀ ਵਾਰੀ ਪਤੀ ਦੇ ਬੋਲਾਂ ਵਿੱਚੋਂ ਸਿਹਰਦਤਾ ਸੁਣਾਈ ਦਿੱਤੀ। ਜਦੋਂ ਪਤਨੀ ਦੇ ਮਨ ਵਿੱਚੋਂ ਨਫ਼ਰਤ ਪਿਘਲ ਗਈ ਤਾਂ ਹਮਦਰਦੀ ਜਾਗ ਪਈ। ਜਿਹੜੀ ਪਤਨੀ ਜਾਣ ਵਾਸਤੇ ਖਲੋਤੀ ਹੋਈ ਸੀ ਉਹ ਬਹਿ ਗਈ। ਹਮਦਰਦੀ ਅਤੇ ਲੰਮੀ ਸੋਚ ਉਭਰਨ ਕਾਰਨ ਟੁੱਟਿਆ ਹੋਇਆ ਰਿਸ਼ਤਾ ਜੁੜ ਗਿਆ। ਬੱਸ, ਗੱਡੀ, ਹਵਾਈ ਜਹਾਜ਼ ਦੀ ਯਾਤਰਾ ਵਿੱਚ ਸਵਾਰੀਆਂ ਦਾ ਦਰਜਾ ਜਿਉਂ ਜਿਉਂ ਉੱਚਾ ਹੁੰਦਾ ਜਾਂਦਾ ਹੈ ਤਿਉਂ ਤਿਉਂ ਹਮਦਰਦੀ ਘੱਟਦੀ ਜਾਂਦੀ ਹੈ। ਅਜੋਕੇ ਸਮਿਆਂ ਵਿੱਚ ਭਾਵੇਂ ਸਾਡੀ ਦ੍ਰਿਸ਼ਟੀ ਆਲਮੀ ਹੋ ਗਈ ਹੈ, ਪਰ ਸਾਡੀਆਂ ਸੋਚਾਂ ਸੁੰਗੜ ਗਈਆਂ ਹਨ। ਜੀਵਨ ਵਧੇਰੇ ਮਾਨਣਯੋਗ ਹੋ ਗਿਆ ਹੈ, ਪਰ ਜੀਵਨ ਦੀਆਂ ਤਸੱਲੀਆਂ ਗੁਆਚ ਗਈਆਂ ਹਨ। ਹੁਣ ਪੰਜਾਬ ਦਾ ਗੁਆਂਢ ਹਰਿਆਣਾ, ਹਿਮਾਚਲ, ਕਸ਼ਮੀਰ ਜਾਂ ਰਾਜਸਥਾਨ ਨਹੀਂ ਰਹੇ। ਹੁਣ ਸਾਡਾ ਗੁਆਂਢ ਅਮਰੀਕਾ, ਕਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ਬਣ ਗਏ ਹਨ। ਹਰ ਕੋਈ ਨਵੇਂ ਗੁਆਂਢ ਵੱਲ ਦੌੜ ਰਿਹਾ ਹੈ। ਮੁਕਾਬਲੇ ਦੀ ਦੌੜ ਵਾਲੇ ਅਜੋਕੇ ਦੌਰ ਵਿੱਚ ਹੁਣ ਜੇ ਕਿਸੇ ਨੂੰ ਤੁਸੀਂ ਆਪਣਾ ਦਰਦ ਦੱਸੋਗੇ ਤਾਂ ਅੱਗੋਂ ਦੁੱਗਣੇ ਤਿੱਗਣੇ ਸੁਣਨੇ ਪੈਣਗੇ। ਪ੍ਰਤੀਤ ਹੁੰਦਾ ਕਿ ਹੁਣ ਹਮਦਰਦੀ ਵਾਲੇ ਬੰਦੇ ਜੰਮਣੇ ਹੀ ਬੰਦ ਹੋ ਗਏ ਹਨ। ਹੁਣ ਹਮਦਰਦੀ ਪ੍ਰਗਟਾਉਣਾ ਵਪਾਰ ਬਣ ਗਿਆ ਹੈ। ਹਮਦਰਦੀ ਹੀ ਰਹਿਣੀ ਚਾਹੀਦੀ ਹੈ, ਇਹ ਸੌਦਾ ਜਾਂ ਅਧਿਕਾਰ ਨਹੀਂ ਬਣਨੀ ਚਾਹੀਦੀ। ਹਮਦਰਦੀ ਸੰਬੰਧੀ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਹਮਦਰਦੀ ਦੀ ਉਮਰ ਲੰਮੀ ਨਹੀਂ ਹੁੰਦੀ, ਇਹ ਵਾਰ ਵਾਰ ਨਹੀਂ ਮਿਲਦੀ। ਹਮਦਰਦੀ ਦਾ ਅਸਲੀ ਉਦੇਸ਼ ਡਿੱਗੇ ਨੂੰ ਉਠਾਉਣਾ ਅਤੇ ਰੁਕੇ ਨੂੰ ਰਵਾਨਾ ਕਰਨਾ ਹੁੰਦਾ ਹੈ, ਪਰ ਖਲੋਣਾ ਅਤੇ ਚੱਲਣਾ ਸਾਨੂੰ ਆਪਣੇ ਪੈਰਾਂ ਨਾਲ ਪਏਗਾ। ਧੰਨਵਾਦ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ ਬੁਨਿਆਦਾਂ ਵਿੱਚੋਂ ਅੱਜ ਦੇ ਲੇਖ ਦਾ ਨਾਮ ਹਮਦਰਦੀ। ਹਮਦਰਦੀ ਕਿਸੇ ਨੂੰ ਸਮਝਣ, ਉਸਦੇ ਨੇੜੇ ਹੋਣ, ਪਿਆ ਅਸਹਿ ਘਾਟਾ ਵੰਡਣ ਅਤੇ ਉਸਨੂੰ ਆਪਣਾ ਬਣਾਉਣ ਦਾ ਵਸੀਲਾ ਹੁੰਦੀ ਹੈ। ਪਿਆਰ, ਹਮਦਰਦੀ, ਸੇਵਾ, ਸਹਿਯੋਗ ਆਦਿ ਸਾਰੀਆਂ ਚੰਗੀਆਂ ਅਤੇ ਸਹਿਯੋਗੀ ਭਾਵਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਸਾਨੂੰ ਆਪਣੇ ਆਪ ਬਾਰੇ ਸੋਚੀ ਹੋਰਾਂ ਦੇ ਸੰਪਰਕ ਵਿੱਚ ਆਉਣ ਰਾਹੀਂ ਮਿਲਦੀ ਹੈ। ਉਹਨਾਂ ਪ੍ਰਤੀ ਉਹਨਾਂ ਰਾਹੀਂ ਹਮਦਰਦੀ ਦੇ ਭਾਵ ਨਾਲ ਸਾਡਾ ਉਹਨਾਂ ਨਾਲ ਰਿਸ਼ਤਾ ਗੂੜਾ ਅਤੇ ਮਿੱਠਾ ਬਣ ਜਾਂਦਾ ਹੈ। ਹਮਦਰਦੀ ਰਾਹੀਂ ਅਸੀਂ ਦੂਜਿਆਂ ਦੇ ਮਨਾਂ ਵਿੱਚ ਝਾਕਣ, ਸਾਂਝ ਉਪਜਾਉਣ ਅਤੇ ਆਪਣੇ ਆਪ ਨੂੰ ਨਿਖਾਰਨ ਦਾ ਯਤਨ ਕਰਦੇ ਹਾਂ। ਯਾਦਾਰਥ ਬਦਲਦਾ ਰਹਿੰਦਾ ਹੈ, ਪਰ ਹਮਦਰਦੀ ਕਾਰਨ ਰਿਸ਼ਤੇ ਲੰਮੀ ਸੋਚ ਕਰਕੇ ਸਥਿਰ, ਹੰਢ ਅਨੁਸਾਰ ਅਤੇ ਨਿੱਘੇ ਬਣੇ ਰਹਿੰਦੇ ਹਨ। ਗੱਲਬਾਤ ਰਿਸ਼ਤਿਆਂ ਕਾਰਨ ਨਹੀਂ ਹੁੰਦੀ, ਗੱਲਬਾਤ ਹੀ ਰਿਸ਼ਤਾ ਹੁੰਦੀ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਦੂਜਿਆਂ ਦੀ ਸਾਡੇ ਬਾਰੇ ਰਾਏ ਚੰਗੀ ਹੋਵੇ, ਉਹ ਸਾਡੇ ਅਤੇ ਅਸੀਂ ਉਹਨਾਂ ਦੇ ਗੁਣਾਂ ਨੂੰ ਵੇਖੀਏ, ਮਾਣੀਏ ਅਤੇ ਇੱਕ ਦੂਜੇ ਨੂੰ ਪਸੰਦ